ਉਹ ਸਵੇਰੇ ਪੁਲਿਸ ਆਈ ਆ ਮਲ ਪਈ ਸਾਡੇ 7 ਦੇ ਸਵਾ 7 ਲਗਭਗ ਮਲ ਪਈ ਮਨੇਰੇ ਤੇ ਉਹ ਸਾਨੂੰ ਉਦੋਂ ਪਤਾ ਲੱਗਾ ਵਾ ਜਦੋਂ ਮਲ ਪਈ ਉਹਨੂੰ ਸੁੱਤੇ ਪਏ ਨੂੰ ਉਹਨਾਂ ਨੇ ਚੁੱਕ ਕੇ ਤੇ ਲੈ ਗਏ ਤੇ ਨਾ ਸਾਡਾ ਉਹਨਾਂ ਨਾਲ ਗੱਲਬਾਤ ਕੀਤੀ ਕੋਈ ਜੇ ਪੁੱਛਦੇ ਰਹੇ ਆ ਵੀ ਦੱਸੋ ਕਿਹੜੇ ਕਾਨੂੰਨ 'ਚ ਖਾਣੇ ਕਹਿੰਦੇ ਕੋਈ ਨਹੀਂ ਪੁੱਛਗੇ ਅਸੀਂ ਕਰਨੀ ਮਾੜੀ ਪੁੱਛਗੇ ਕਰਕੇ ਛੱਡ ਦੇਣਾ ਸੀ ਇਹਦਾ ਬੱਚਾ ਜਿਹੜਾ ਵੀ 5-6 ਦਿਨ ਹੋ ਗਏ ਆ ਮਲ ਬੱਚਾ ਹੋਇਆ ਘਰੇ ਰਹਿੰਦਾ ਇੱਕ ਕਿਤੇ ਗਿਆ ਵੀ ਨਹੀਂ ਛੋਟਾ ਬੱਚਾ 5 ਦਿਨਾਂ ਦਾ ਸਾਰਾ ਬੱਚਾ ਇਹਦਾ ਜੀ ਦੇਖੋ ਜੀ ਗੁਰਦਾਸਪੁਰ ਜ਼ਿਲ੍ਹੇ ਦਾ ਪ੍ਰਧਾਨ ਆ ਤੂਫਾਨ ਸਿੰਘ ਹਾਂਜੀ ਕੋਈ ਕੋਈ ਇਹੋ ਜਿਹਾ ਕੋਈ ਇਸ਼ੂ ਨਹੀਂ ਹੈਗਾ ਵੀ ਹਾਂ ਵੀ ਬਾਰਸ ਪੰਜਾਬ ਦੇ ਜਥੇ ਪੈਂਦਾ ਅੰਮ੍ਰਿਤਪਾਲ ਭਾਈ ਅੰਮ੍ਰਿਤਪਾਲ ਸਿੰਘ ਹੋਣੀ ਮਤਲਬ ਇਹ ਸੇਵਾ ਤੌਰ ਤੇ ਚੱਲਣ ਦੇ ਜੀ ਅੰਮ੍ਰਿਤ ਸੰਚਾਰ ਕਰਾਉਣ ਦੇ ਕੋਈ ਇੱਥੇ ਜਿਹੜੇ ਨਸ਼ਿਆਂ ਵਾਲੇ ਤੁਰੇ ਫਿਰਦੇ ਉਹਨਾਂ ਨੂੰ ਕੋਈ ਭੱਤ ਨਹੀਂ ਪਾਉਂਦਾ ਹੈ ਨਾ ਤੇ ਸਾਡੇ ਜਿਹੜੇ ਕੋਈ ਚੰਗਾ ਕੰਮ ਕਰਦੇ ਉਹਨਾਂ ਨੂੰ ਫੜ ਫੜ ਕੇ ਤੇ ਤਿਬੜੀ ਤੋਂ ਮੇਰਾ ਭਤੀਜਾ ਹੈਗਾ ਕਾਕਾ ਲਵਪ੍ਰੀਤ ਸਿੰਘ ਤੂਫਾਨ ਨੂੰ ਬੋਲਦੇ ਆ ਉਹ ਸਵੇਰੇ ਪੁਲਿਸ ਆਈ ਆ ਮਲ ਕੋਈ ਸਾਢੇ 7 ਦੇ ਸਵਾ 7 ਦੇ ਲਗਭਗ ਮਲ ਪਈ ਮਨੇਰੇ ਤੇ ਉਹ ਸਾਨੂੰ ਉਦੋਂ ਪਤਾ ਲੱਗਾ ਵਾ ਜਦੋਂ ਮਲ ਪਈ ਉਹਨੂੰ ਸੁੱਤੇ ਪਏ ਨੂੰ ਉਹਨਾਂ ਨੇ ਚੁੱਕ ਕੇ ਤੇ ਲੈ ਗਏ ਤੇ ਨਾ ਸਾਡਾ ਉਹਨਾਂ ਨਾਲ ਗੱਲਬਾਤ ਕੀਤੀ ਕੋਈ ਜੇ ਪੁੱਛਦੇ ਰਹੇ ਹਾਂ ਵੀ ਦੱਸੋ ਕਿਹੜੇ ਕਾਨੂੰਨ 'ਚ ਖਾਣੇ ਕਹਿੰਦੇ ਕੋਈ ਨਹੀਂ ਪੁੱਛ ਕੇ ਅਸੀਂ ਕਰਨੀ ਮਾੜੀ ਪੁੱਛ ਕੇ ਕਰਕੇ ਛੱਡ ਦੇਣਾ ਸੀ ਇਹ ਕਹਿੰਦੇ ਕਿਹੜਾ ਕੋਈ ਅੱਤਵਾਦੀ ਹੈ ਜਾਂ ਕੋਈ ਕ੍ਰਾਈਮ ਕੀਤਾ ਕਹਿੰਦੇ ਨਹੀਂ ਪੁੱਛ ਕੇ ਅਸੀਂ ਕਰਨੀ ਆ ਸੀ ਅਤੇ ਇਹਨੇ ਨਾ ਤਾਂ ਸਾਨੂੰ ਕੋਈ ਇਹਨਾਂ ਨੇ ਕੋਈ ਕਾਪੀ ਕੋਈ ਦਿੱਤੀ ਹੈ ਨਾ ਕੋਈ ਪ੍ਰੂਫ ਦਿੱਤਾ ਵਾ ਅਤੇ ਸਾਡਾ ਬੱਚਾ ਚੁੱਕ ਕੇ ਲੈ ਗਏ ਆ ਅਤੇ ਅਸੀਂ ਪੁੱਛਦੇ ਰਹੇ ਹਾਂ ਪਰ ਇਹਨਾਂ ਨੂੰ ਦੱਸਿਆ ਕਹਿੰਦੇ ਅੰਮ੍ਰਿਤਸਰ ਖੜ੍ਹਨੇ ਆ ਕੋਈ ਕਦੀ ਕਹਿੰਦੇ ਜਨਾਲੇ ਖੜ੍ਹਿਆ ਵਾ ਜੇ ਅਸੀਂ ਤਿਬੜ ਵਾਲਿਆਂ ਨੂੰ ਪੁੱਛਿਆ ਤਿਬੜਾ ਕਹਿੰਦੇ ਜਨਾਲੇ ਗਏ ਜਨਾਲੇ ਪਤਾ ਕੀਤਾ ਅਤੇ ਉੱਥੇ ਵੀ ਹੈ ਨੀਗਾ ਨਾ ਅੰਮ੍ਰਿਤਸਰੀਆਂ ਨੂੰ ਕੋਈ ਪਤਾ ਲੱਗਣ ਡਿਆ ਕੋਈ ਸਾਡਾ ਬੱਚਾ ਜਿਹੜਾ ਵਾ ਲੋਕਲ ਪੁਲਿਸ ਜਿਹੜੀ ਉਹ ਨਾਲ ਆਈ ਸੀਗੀ ਤਿਬੜ ਦੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਮਤਲਬ ਵੀ ਬੱਚਾ ਜਿਹੜਾ ਇੱਥੋਂ ਖੜ੍ਹਿਆ ਵਾ ਅਤੇ ਸਾਡਾ ਬੱਚਾ ਜਿਹੜਾ ਪਤਾ ਲੱਗਣਾ ਚਾਹੀਦਾ ਅੰਮ੍ਰਿਤਪਾਲ ਦੀ ਜਥੇਬੰਦੀ ਨਾਲ ਕੋਈ ਸੰਬੰਧ ਨਹੀਂ ਗਾ ਇਹਨਾਂ ਦਾ ਮਤਲਬ ਵੀ ਇਹ ਆਪਣੇ ਜਾਂਦੇ ਜਾਂ ਸੇਵਾ ਤੌਰ 'ਤੇ ਜਾਂਦੇ ਰਹੇ ਆ ਸੇਵਾ ਕਰਕੇ ਆ ਜਾਂਦੇ ਰਹੇ ਆ ਘਰ ਬੱਚੇ ਅਤੇ ਇਹਦਾ ਬੱਚਾ ਜਿਹੜਾ ਵੀ 5-6 ਦਿਨ ਹੋ ਗਏ ਆ ਮਤਲਬ ਬੱਚਾ ਹੋਇਆ ਘਰੇ ਰਹਿੰਦਾ ਇੱਕ ਕਿਤੇ ਗਿਆ ਵੀ ਨਹੀਂ ਛੋਟਾ ਬੱਚਾ 5 ਦਿਨਾਂ ਦਾ ਸਾਰਾ ਬੱਚਾ ਇਹਦਾ ਜੀ ਅਤੇ ਸੁੱਤੇ ਨੂੰ ਇਹਨਾਂ ਨੇ ਖੜਿਆ ਵਾ ਮੋਬਾਈਲ ਵੀ ਇਹਨਾਂ ਦੇ ਕੋਲ ਆ ਉਹਦਾ ਜਿਹੜਾ ਉਹਦੇ ਕੋਲ ਸੀਗਾ ਮੁੰਡੇ ਦੇ ਉਹ ਅਸੀਂ ਕਹਿੰਦੇ ਹਾਂ ਵੀ ਸਾਡਾ ਬੱਚਾ ਜਿਹੜਾ ਲੱਭਣਾ ਚਾਹੀਦਾ ਸਾਡੇ ਘਰ ਆਉਣਾ ਚਾਹੀਦਾ ਜਿੱਦਾਂ ਸਾਡੇ ਨਾਲ ਧੱਕਾ ਹੋਇਆ ਬੜਾ ਸਾਡਾ ਧੱਕਾ ਜਿਹੜਾ ਇਹ ਨਹੀਂ ਸਾਡੇ ਨੂੰ ਸਿਆ ਜਾਣਾ ਪਰਿਵਾਰ ਸਾਰਾ ਬਿਮਾਰ ਪਿਆ ਉਹਨਾਂ ਦਾ ਅਤੇ ਸਾਡੇ ਹੱਥ ਜੋੜ ਕੇ ਬੇਨਤੀ ਵੀ ਸਾਨੂੰ ਪਤਾ ਲੱਗਣਾ ਚਾਹੀਦਾ ਇਹਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਗੁਰਦਾਸਪੁਰ ਜ਼ਿਲ੍ਹੇ ਦਾ ਪ੍ਰਧਾਨ ਆ ਤੂਫਾਨ ਸਿੰਘ ਹਾਂਜੀ ਕੋਈ ਇਹੋ ਜਿਹਾ ਕੋਈ ਇਸ਼ੂ ਨਹੀਂ ਹੈਗਾ ਵੀ ਹਾਂ ਵੀ ਬਾਰਸ ਪੰਜਾਬ ਦੇ ਜਥੇ ਪੈਂਦਾ ਅੰਮ੍ਰਿਤਪਾਲ ਭਾਈ ਅੰਮ੍ਰਿਤਪਾਲ ਸਿੰਘ ਹੋਣੀ ਮਤਲਬ ਇਹ ਸੇਵਾ ਤੌਰ 'ਤੇ ਚੱਲਣ ਡੇ ਜੀ ਅੰਮ੍ਰਿਤ ਸੰਚਾਰ ਕਰਾਉਣ ਡੇ ਕੋਈ ਇੱਥੇ ਜਿਹੜੇ ਨਸ਼ਿਆਂ ਵਾਲੇ ਤੁਰੇ ਫਿਰਦੇ ਉਹਨਾਂ ਨੂੰ ਕੋਈ ਭੱਤ ਨਹੀਂ ਪਾਉਂਦਾ ਹੈ ਨਾ ਅਤੇ ਸਾਡੇ ਜਿਹੜੇ ਕੋਈ ਚੰਗਾ ਕੰਮ ਕਰਦੇ ਉਹਨਾਂ ਨੂੰ ਫੜ ਫੜ ਕੇ ਤੇ ਲੈ ਜਾਓ ਨਾ ਦੱਸੋ ਪਰਿਵਾਰ ਨੂੰ ਪਰਿਵਾਰ ਮਗਰ ਕੀ ਕਰੇ ਦੇਖੋ ਪਰਿਵਾਰ ਅੱਜ ਸਵੇਰੇ 7:30 ਵਜੇ ਦੇ ਕਰੀਬ 7:15 ਦੇ ਕਰੀਬ ਇੱਥੇ ਪੁਲਿਸ ਆਉਂਦੀ ਆ ਤਕਰੀਬਨ 8-9 ਗੱਡੀਆਂ ਹੋਣਗੀਆਂ ਪੁਲਿਸ ਦੀਆਂ ਤਿੱਬੜ ਜਿਹੜੀ ਹੈਗੀ ਆ ਥਾਣੇ ਦੀ ਪੁਲਿਸ ਵੀ ਨਾਲ ਆ ਅਤੇ ਗੁਰਦਾਸਪੁਰ ਦੀ ਵੀ ਸ਼ਾਇਦ ਨਾਲ ਹੋ ਸਕਦੀ ਆ ਅਤੇ ਬਾਕੀ ਅਜਨਾਲਾ ਪੁਲਿਸ ਕਹਿੰਦੇ ਆਈ ਆ ਜਿਹੜੀ ਹਾਂਜੀ ਹਾਂਜੀ ਰਮਦਾਸ ਜਿੱਥੋਂ ਦੀ ਵੀ ਉਹਨਾਂ ਨੇ ਆ ਕੇ ਤੇ ਬੰਦਾ ਬਿਨਾਂ ਪੁੱਛੋਂ ਮਤਲਬ ਕਹਿੰਦੇ ਵੀ ਨਾਲ ਜੁੜਦੇ ਨੂੰ ਪੁੱਛਗਿੱਛ ਕਰਕੇ ਛੱਡ ਦਿੰਦੇ ਆ ਦੇਖੋ ਜੇ ਬੰਦਾ ਨਾਲ ਲੈ ਗਏ ਘੱਟੋ ਘੱਟ ਇਹ ਤਾਂ ਦੱਸਣ ਵੀ ਖੜਿਆ ਕਿਹੜੇ ਕੇਸ ਦੇ ਵਿੱਚ ਆ ਕਿੱਥੇ ਆ ਜਿਹੜਾ ਜਦੋਂ ਇਨੋਸੈਂਟ ਬੰਦਾ ਤੁਸੀਂ ਲੈ ਕੇ ਜਾਓਗੇ ਪਰਿਵਾਰ ਨੂੰ ਪਿੱਛੇ ਪਤਾ ਹੀ ਨਹੀਂ ਵੀ ਕੀ ਬਣ ਡਿਆ ਕਿੱਦਾਂ ਹੋਣ ਡਿਆ ਪੁਲਿਸ ਜਿਹੜੀ ਤਿੱਬੜ ਵਾਲੀ ਉਹ ਤਾਂ ਕਹਿੰਦੇ ਵੀ ਮੈਂ ਨਾਲ ਗਈ ਹਾਂ ਮੈਡਮ ਕਹਿ ਰਹੇ ਨਾਲ ਮੈਂ ਗਈ ਹਾਂ ਨਾਲ ਲੈ ਕੇ ਗਏ ਹਾਂ ਪਰ ਉਹ ਹੁਣ ਉਹਨਾਂ ਦਾ ਹੁਣ ਸਾਨੂੰ ਪਤਾ ਨਹੀਂ ਲੱਗਣਾ ਵੀ ਬੰਦਾ ਹੈ ਕਿੱਥੇ ਆ ਹੈਨੀ ਅਤੇ ਹੁਣ ਛੋਟਾ ਬੱਚਾ ਆ ਜੇ ਹਫ਼ਤੇ ਦਾ ਬੱਚਾ ਨਹੀਂ ਹੈ ਸਾਡਾ ਹੈ ਨਾ ਅਤੇ ਉਹ ਬੱਚੇ ਦਾ ਮਗਰੋਂ ਕੀ ਆ ਬੰਦਾ ਵੀ ਜਿਹੜਾ ਤੁਸੀਂ ਨਾਲ ਲੈ ਕੇ ਲਵਪ੍ਰੀਤ ਸਿੰਘ ਘਰੇ ਹੀ ਬੈਠਾ ਕਿਤੇ ਨਹੀਂ ਗਿਆ ਅਤੇ ਜੇ ਮੰਨ ਲਓ ਇੱਥੇ ਬਹਿਣ ਦੇ ਬਾਵਜੂਦ ਵੀ ਤੁਸੀਂ ਘਰੇ ਨਹੀਂ ਟਿਕਣ ਦੇਣਾ ਤਾਂ ਫਿਰ ਬੰਦਾ ਕਰੇਗਾ ਕੀ ਨਹੀਂ ਕੋਈ ਬਿਆਨ ਨਹੀਂ ਉਹਨਾਂ ਦਾ ਜੀ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਬਿਆਨ ਦਿੱਤਾ ਵੀ ਸਾਡੇ ਬੰਦੇ ਰਿਹਾ ਕੀਤੇ ਜਾਣ ਮਤਲਬ ਜਲਦੀ ਜਲਦੀ ਇੱਦਾਂ ਗੱਲ ਨਹੀਂ ਬਣਦੀ ਅਤੇ ਹੁਣ ਦੇਖੋ ਜੀ ਇਹ ਤਾਂ ਹੁਣ ਅਗਲਾ ਦੇਖੋ ਅਗਲਾ ਦੇ ਐਕਸ਼ਨ ਫਿਰ ਹੁਣ ਫਿਰ ਉੱਧਰ ਨੂੰ ਤੁਰਨਾ ਪਊਗਾ ਕਾਨੂੰਨ ਵਾਲੇ ਪਾਸੇ ਨੂੰ ਜਾਣਾ ਪਊਗਾ ਉਹਨਾਂ ਨੂੰ ਮਤਲਬ ਹਾਂਜੀ ਨਹੀਂ ਇਹਦੇ ਬਾਰੇ ਸਾਨੂੰ ਨਹੀਂ ਪਤਾ ਜੀ ਕੁਛ ਵੀ ਨਾ ਸਾਨੂੰ ਇਹਦੇ ਬਾਰੇ ਦੱਸਿਆ ਕਿਸੇ ਨੇ ਨਾ ਸਾਡੇ ਨਾਲ ਕਿਸੇ ਨੇ ਗੱਲ ਕੀਤੀ ਹੈਗੀ ਘਰੇ ਜਦੋਂ ਦਾ ਬੱਚਾ ਹੈ ਘਰੇ ਹੀ ਆ ਜੀ ਉਹ ਕੋਈ ਕ੍ਰਾਈਮ ਨਹੀਂ ਹੋਇਆ ਜੀ ਕੋਈ ਕੁਛ ਨਹੀਂ ਹੈਗਾ ਸਰ ਮਤਲਬ ਸਾਨੂੰ ਤਾਂ ਪਤਾ ਵੀ ਸਾਡਾ ਜਦੋਂ ਬੰਦਾ ਇੱਥੇ ਘਰ ਵਾ ਤੇ ਫਿਰ ਇਹਦੇ ਵਿੱਚ ਹੈ ਨਾ ਅਜੇ 5 ਦਿਨ ਦਾ ਤਾਂ ਬੱਚਾ ਹੈਗਾ ਜੀ